ਗੋਲਕ ਬੁਗਨੀ ਬੈਂਕ ਤੇ ਬਟੂਆ ਤੇ ਦਾਣਾ ਪਾਣੀ ਦੀ ਸਕਸੈਸਫੁਲ ਮੂਵੀਜ਼ ਤੋਂ ਬਾਅਦ ਸਿਮੀ ਚਾਹਲ ਹੁਣ ਹਾਜ਼ਰ ਨੇ ਭੱਜੋ ਵੀਰੋਵੀ ਮੂਵੀ ਨਾਲ। ਸੋ ਚਲੋ ਤੁਹਾਡੀ ਖਾਸ ਮੁਲਾਕਾਤ ਕਰਾਉਂਦੇ ਹਾਂ ਸਿਮੀ ਚਾਹਲ ਜੀ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਨੇ? ਬਹੁਤ ਵਧੀਆ। ਸੋ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਮੂਵੀ ਦੇ ਟਾਈਮ? ਬਹੁਤ ਵਧੀਆ ਜੀ, ਬਹੁਤ ਵਧੀਆ। ਐਜ਼ ਆਲਵੇਜ਼ ਇਟਸ ਅ ਪਲੇਜ਼ਰ ਵਰਕਿੰਗ ਵਿਦ ਦਿਸ ਟੀਮ, ਇੱਕ ਰਿਦਮ ਬੋਇਜ਼ ਉਤੋਂ ਅੰਬਰਦੀਪ ਸਰ। ਸੋ ਇਟਸ ਆਲਵੇਜ਼ ਨਾਈਸ, ਆਈ ਮੀਨ ਆਈ ਨੈਵਰ ਹੈਵ ਵਰਡਸ ਫੋਰ ਦੈਮ, ਕਿਉਂਕਿ ਬਹੁਤ ਵਧੀਆ ਲੱਗਦਾ ਹਮੇਸ਼ਾ ਹੀ। ਜੋ ਤੁਹਾਡੇ ਕੋਲ ਸਕ੍ਰਿਪਟ ਆਈ ਸੀ ਤੇ ਤੁਸੀਂ ਸਕ੍ਰਿਪਟ ਪੜ੍ਹੀ ਸੀ ਤੇ ਤੁਹਾਨੂੰ ਲੱਗੇ ਇੱਕ ਸਿਮਿਲਰ ਜੀ ਹੈ, ਦਾਣਾ ਪਾਣੀ 'ਚ ਵੀ ਇੱਕ ਵਿਆਹ ਦਾ ਰੋਲ ਆ ਤੇ ਗੋਲਕ ਬੁਗਨੀ ਬੈਂਕ ਵਟੂਆ 'ਚ ਵੀ ਵਿਆਹ ਦਾ ਰੋਲ ਆ, ਹੁਣ ਇਹ 'ਚ ਵੀ ਵਿਆਹ ਦਾ? ਬਿਲਕੁਲ ਵੀ ਨਹੀਂ, ਉਹੀ ਤਾਂ ਟ੍ਰੇਲਰ 'ਚ ਕਿਹਾ ਗਿਆ ਸ਼ੁਰੂ 'ਚ ਕਿ ਇਹ ਕਹਾਣੀ ਵਿਆਹ ਬਾਰੇ ਨਹੀਂ ਆ, ਇਹ ਉਹਦੇ ਬਾਰੇ ਆ, ਉਹਨਾਂ ਬਾਰੇ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ। ਇਹ ਕਹਾਣੀ ਉਹਨਾਂ ਬਾਰੇ ਹੈ ਜਿਨ੍ਹਾਂ ਦੇ ਵਿਆਹ ਹੁੰਦੇ ਹੀ ਨਹੀਂ। ਆਓ ਉਹਨਾਂ ਦੀ ਅੱਖ ਨਾਲ ਦੇਖੀਏ ਔਰਤਾਂ ਕੀ ਹੁੰਦੀਆਂ ਨੇ। ਇਹ ਛੜਿਆ ਵਾ ਰਿਹਾ ਤਾਂ ਇਹ ਸਿਮਿਲਰ ਤਾਂ ਹੈ ਹੀ ਨਹੀਂ ਜੀ, ਇਹ ਤਾਂ ਇਨਫੈਕਟ ਸਾਰੀ ਮੂਵੀਜ਼ ਤੋਂ ਹਜੇ ਤੱਕ ਸਭ ਤੋਂ ਡਿਫਰੈਂਟ ਆ। ਸੋ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਅੰਬਰਸਰ ਨਾਲ ਕੰਮ ਕਰਨ ਦਾ? ਅੰਬਰਸਰ ਨਾਲ ਕੰਮ ਕਰਨ ਦਾ ਬਹੁਤ ਵਧੀਆ ਰਿਹਾ, ਇਟਸ ਦ ਸੈਕਿੰਡ ਟਾਈਮ ਮੈਂ ਉਹਨਾਂ ਨਾਲ ਕੰਮ ਕੀਤਾ। ਐਜ਼ ਅ ਰਾਈਟਰ ਮੈਂ ਉਹਨਾਂ ਨਾਲ ਕੰਮ ਕੀਤਾ ਹੋਇਆ ਪਹਿਲਾਂ ਸਰਵਣ 'ਚ, ਅਤੇ ਇਹ ਸੈਕਿੰਡ ਮੂਵੀ ਸੀ ਜਿਹ 'ਚ ਐਜ਼ ਅ ਡਾਇਰੈਕਟਰ, ਐਜ਼ ਅ ਰਾਈਟਰ ਅਤੇ ਐਜ਼ ਐਨ ਐਕਟਰ ਕੰਮ ਕੀਤਾ, ਵਿਚ ਆਈ ਥਿੰਕ ਇਜ਼ ਕਮੈਂਡੇਬਲ ਆਪਣੇ ਆਪ 'ਚ ਹੀ। ਇੱਕ ਇਨਸਾਨ ਦਾ ਇੰਨੀ ਚੀਜ਼ਾਂ ਯੂ ਨੋ ਕਰਨਾ, ਇਟਸ ਨੋਟ ਈਜ਼ੀ, ਇਟਸ ਨੋਟ ਈਜ਼ੀ। ਸੋ ਹੈਟਸ ਆਫ ਟੂ ਅੰਬਰ ਸਰ, ਐਂਡ ਬਹੁਤ ਵਧੀਆ ਲੱਗਦਾ ਉਹਨਾਂ ਨਾਲ ਹਮੇਸ਼ਾ ਕੰਮ ਕਰਕੇ। ਅਗਰ ਆਪਾਂ ਕੈਮਿਸਟਰੀ ਦੀ ਗੱਲ ਕਰੀਏ ਤਾਂ ਹਰੀਸ਼ ਸਰ ਨਾਲ ਤੁਸੀਂ ਕੰਮ ਕੀਤਾ, ਜਿੰਮੀ ਸ਼ੇਰਗਿੱਲ ਨਾਲ ਕੰਮ ਕੀਤਾ, ਹੁਣ ਅੰਬਰ ਸਰ ਨਾਲ ਇੱਕ ਕੈਮਿਸਟਰੀ ਵੇਖਣ ਨੂੰ ਮਿਲੇਗੀ, ਕਿਹਦੇ ਨਾਲ ਤੁਹਾਨੂੰ ਇੱਕ ਪਰਸਨਲ ਕੈਮਿਸਟਰੀ ਜ਼ਿਆਦਾ ਵਧੀਆ ਫੀਲ ਹੁੰਦੀ ਹੈ? ਨਹੀਂ ਮੈਂ ਸਾਰਿਆਂ ਨਾਲ ਹੀ ਕੰਫਰਟੇਬਲ ਹਾਂ, ਮੈਨੂੰ ਵਧੀਆ ਲੱਗਦਾ, ਮਤਲਬ ਮੈਨੂੰ ਬਿਕੋਜ਼ ਆਈ ਐਮ ਸੋ ਮਚ ਇਨ ਮਾਈ ਕੈਰੈਕਟਰ ਕਿ ਮੈਂ ਸੈੱਟ 'ਤੇ ਕੈਰੈਕਟਰ ਹੀ ਹੁੰਦੀ ਹਾਂ, ਹੈ ਨਾ, ਦੈਨ ਆਈ ਲੀਵ ਸਿਮੀ ਬਿਹਾਈਂਡ। ਸੋ ਇਹ 'ਚ ਸੁਮੀਤ ਆ ਮੈਂ ਅਤੇ ਸਰ ਦਾ ਕੈਰੈਕਟਰ ਪੂਰਾ, ਸੋ ਵੀ ਆਰ ਪੂਰਾ ਅਤੇ ਸੁਮੀਤ ਔਨ ਦ ਸੈੱਟ। ਪੂਰੇ ਇਹ ਕੌਣ ਨੇ? ਇਹ ਤੈਨੂੰ ਕਿਵੇਂ ਜਾਣਦਾ ਵਾ? ਇਹਨੇ ਕਿਤੇ ਰੰਗ ਵੇਖ ਕੇ ਤਾਂ ਨਹੀਂ ਕਹਿਤਾ? ਓਏ ਰੰਗ ਵੇਖ ਕੇ ਲੋਕਾਂ ਦਾ ਨਾਂ ਰੱਖਣ ਵਾਲੇ ਸ਼ੱਕ ਦੇ ਆਧਾਰ 'ਤੇ ਮਰਵਾਤਾ ਸੀ, ਕਈ ਵਾਰੀ ਬੰਦੇ ਨੂੰ ਜਾਣ ਜਾਣ ਮਹਿੰਗੀ ਪੈ ਜਾਂਦੀ ਹੈ, ਚੱਲ ਹੈ ਨਾ। ਤਾਂ ਮਤਲਬ ਆਈ ਐਮ ਆਲਵੇਜ਼ ਕੰਫਰਟੇਬਲ, ਆਈ ਐਡਜਸਟ ਐਨੀਵੇਅਰ, ਜਿੱਥੇ ਮੈਨੂੰ ਸਕ੍ਰਿਪਟ ਪਸੰਦ ਆ ਜੇ ਅਤੇ ਬਾਈ ਗੋਡਸ ਗ੍ਰੇਸ ਬਹੁਤ ਵਧੀਆ ਵਧੀਆ ਆਰਟਿਸਟ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ ਹਜੇ ਤੱਕ, ਅਤੇ ਆਲ ਆਫ ਦੈਮ ਹੈਵ ਬਿਨ ਵੈਰੀ ਵੰਡਰਫੁਲ ਐਂਡ ਵੈਰੀ ਵੈਲਕਮਿੰਗ ਐਂਡ ਵਾਰਮ। ਸੋ ਹੁਣ ਅਪਕਮਿੰਗ ਪ੍ਰੋਜੈਕਟਸ ਕਿਹੜੇ ਕਿਹੜੇ ਆ ਰਹੇ ਨੇ? ਅਪਕਮਿੰਗ ਤਾਂ ਜੀ ਇਹੀ ਆ, ਭੱਜੋ ਵੀਰੋਵੇ ਤਾਂ ਕੰਸਨਟਰੇਟ ਕਰੀਏ ਜੀ, ਬਾਕੀ ਇੱਕ ਮੈਂ ਅੱਜ ਰੱਬ ਦੇ ਰੇਡੀਓ 2 ਦੇ ਸੈੱਟ ਤੋਂ ਆਈ ਹਾਂ, ਉਹ ਚੱਲ ਰਹੀ ਆ, ਅਤੇ ਇੱਕ ਹੋਰ ਆਉਣੀ ਆ ਮੰਜੇ ਪਿਸੇ 2 ਆਉਣੀ ਆ। ਸੋ ਇਹ 2 ਹੋ ਚੁੱਕੀਆਂ ਨੇ, ਹੋ ਰਹੀਆਂ ਨੇ, ਕੁਛ ਹੋਰ ਪਾਈਪਲਾਈਨ 'ਚ ਨੇ, ਉਹ ਸਟਾਰਟ ਹੋ ਰਹੀਆਂ ਨੇ ਨੈਕਸਟ ਈਅਰ। ਸੋ ਨੈਕਸਟ ਈਅਰ ਤੁਹਾਨੂੰ ਮੂਵੀਜ਼ ਦੇਖਣ ਨੂੰ ਮਿਲਣਗੀਆਂ। ਨਿਊ ਈਅਰ ਦੀ ਫੁੱਲ ਔਨ ਪਲੈਨਿੰਗ ਹੈਗੀ ਹੈ ਦਰਸ਼ਕਾਂ ਨੂੰ ਐਂਟਰਟੇਨ ਕਰਨ ਦੀ, ਇਸ ਸਭ ਦੀ ਸ਼ੁਰੂਆਤ ਕਿਵੇਂ ਹੋਈ ਸੀ ਕਿ ਤੁਹਾਨੂੰ ਪਹਿਲੀ ਵਾਰ ਬ੍ਰੇਕ ਕਦੋਂ ਮਿਲਿਆ ਕਿ ਹਾਂ ਮੈਂ ਇਸ ਲਾਈਨ 'ਚ ਹੀ ਕੈਰੀਅਰ ਬਣਾਉਣਾ ਹੈ? ਮੈਨੂੰ ਪਹਿਲੀ ਵਾਰ ਬ੍ਰੇਕ ਜੀ, ਮੈਂ ਚੰਡੀਗੜ੍ਹ ਪੜ੍ਹਦੀ ਹੁੰਦੀ ਸੀ ਕਾਲਜ 'ਚ, ਅਤੇ ਮੈਨੂੰ ਉਦੋਂ ਬ੍ਰੇਕ ਮਿਲਿਆ ਸੀ ਫੇਸਬੁੱਕ ਦੇ ਥਰੂ ਫੋਰ ਅ ਸੌਂਗ। ਸੋ ਮਾਈ ਆਈ ਡਿਡ ਅ ਸੌਂਗ, ਪੰਜਾਬੀ ਸੌਂਗ, ਗੁਜ਼ਾਰਾ ਬਾਈ ਗੁਰਪ੍ਰੀਤ ਛੱਤਾ ਜੀ। ਸੋ ਉਹ ਮੇਰਾ ਪਹਿਲਾ ਕੰਮ ਸੀ। ਫੇਵਰੇਟ ਐਕਟਰੈਸ ਕਿਹੜੀ ਹੈ ਬਾਲੀਵੁੱਡ 'ਚ? ਮੈਨੂੰ ਸਾਰੀਆਂ ਪਸੰਦ ਨੇ, ਐਜ਼ ਇਟ ਇਜ਼। ਤੁਸੀਂ ਚਾਹੁੰਦੇ ਹੋ ਕਿ ਹਾਂ ਮੈਂ ਵੀ ਇੱਕ ਦਿਨ ਇਹਨਾਂ ਵਰਗਾ ਕੰਮ ਕਰਾਂ? ਨਹੀਂ 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 ਨਹੀਂ, ਮੈਨੂੰ ਹੁੰਦਾ ਕਿ ਆਪਣੇ ਵਰਗਾ ਕੰਮ ਕਰੋ, ਵੱਖਰੀ ਪਹਿਚਾਨ ਬਣਾਓ। ਆਈ ਡੋਂਟ ਰੀਲੀ ਬਿਲੀਵ ਇਨ ਫੋਲੋਇੰਗ ਐਨੀ ਵਨ ਸਿੰਸ ਆਲਵੇਜ਼, ਹੁਣ ਦੀ ਗੱਲ ਨਹੀਂ ਆ, ਸਿਰਫ ਐਕਟਿੰਗ ਦੀ ਗੱਲ ਨਹੀਂ ਆ, ਵੈਸੇ ਹੀ ਮੈਨੂੰ ਹੁੰਦਾ ਹਰ ਚੀਜ਼ 'ਚ ਆਪਣੇ ਆਪ ਤੋਂ ਬੈਟਰ ਕਰੋ, ਹੈ ਨਾ। ਸੋ ਮਾਈ ਕੰਪਟੀਸ਼ਨ ਇਜ਼ ਵਿਦ ਮਾਈ ਸੈਲਫ, ਜਿਹੜਾ ਕਿ ਬਹੁਤ ਕਲੀਸ਼ੇ ਐਂਡ ਫੇਮਸ ਕੋਟ ਆ। ਸੋ ਬਟ ਇਹ ਸੱਚ ਆ ਕਿ ਮੈਨੂੰ ਹੁੰਦਾ ਕਿ ਆਪਣੇ ਆਪ ਤੋਂ ਬੈਟਰ ਕਰਾਂ, ਬੈਟਰ ਕਰਾਂ, ਬੈਟਰ ਕਰਾਂ। ਅਤੇ ਜਿਵੇਂ ਅੰਮ੍ਰਿਤਸਰ ਦੀ ਆਪਾਂ ਖੂਬੀਆਂ ਤਾਂ ਸਾਰੀ ਹੀ ਜਾਣਦੇ ਹਾਂ, ਕੋਈ ਇੱਕ ਉਹਨਾਂ ਦੀ ਐਸੀ ਕਮੀ ਜੋ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ? ਨਹੀਂ ਕਮੀ ਤਾਂ ਕੋਈ ਨਹੀਂ ਆ ਸਰ, ਨਹੀਂ ਨਹੀਂ ਨਹੀਂ, ਹੀ ਇਜ਼ ਅ ਸਵੀਟ ਹਾਰਟ, ਬਹੁਤ ਵਧੀਆ ਇਨਸਾਨ ਨੇ, ਅਤੇ ਹੱਸਦੇ ਬਹੁਤ ਹਾਂ ਆਪਾਂ, ਮਤਲਬ ਐਂਡ ਮੈਂ ਇਹ ਵੀ ਸੁਣਿਆ ਕਿ ਸਰ ਜਸਟ ਨੋਟ ਔਨ ਦਿਸ ਸੈੱਟ, ਐਵਰੀ ਸੈੱਟ ਉਹ ਕਦੇ ਕਦੇ ਹੁੰਦਾ ਨਾ ਸੀਨ ਹੋਣ ਵਾਲਾ ਹੁੰਦਾ ਅਤੇ ਆਪ ਸਾਨੂੰ ਹੱਸਾ ਜਾਂਦਾ ਬਿਕੋਜ਼ ਇਜ਼ ਵੈਰੀ ਫਨੀ, ਅਤੇ ਜਦੋਂ ਇੰਪਰੋਵਾਈਜੇਸ਼ਨ ਚੱਲ ਰਹੀ ਹੁੰਦੀ ਆ ਸੈੱਟ 'ਤੇ ਤਾਂ ਕੁਛ ਇਹੋ ਜਿਹੀ ਚੀਜ਼ ਆਉਂਦੀ ਆ ਸੈੱਟ 'ਤੇ ਕਿ ਆਪਾਂ ਫਿਰ 15-15, 20-20 ਮਿੰਟ ਆਪਾਂ ਹੱਸਦੇ ਹੀ ਰਹਿੰਦੇ ਹਾਂ। ਸੋ ਇਸ ਮੂਵੀ 'ਤੇ ਸਭ ਤੋਂ ਫਨੀ ਇੰਸੀਡੈਂਟ ਕਿਹੜਾ ਹੋਇਆ? ਇਹੀ ਇਹੋ ਜਿਹੇ ਇੰਸੀਡੈਂਟਸ ਹੀ ਹੁੰਦੇ ਸੀ ਜਦੋਂ ਕੋਈ ਸੀਨ ਚੱਲ ਰਿਹਾ ਹੁੰਦਾ ਸੀ, ਜਿੱਦਾਂ ਕਿ ਜਿਹੜਾ ਟ੍ਰੇਲਰ 'ਚ ਸੀ ਨਾ ਕਿ ਕੁੱਕੜੀ ਮੁਰਗੀ ਅੰਡਾ, ਇਹ ਤਾਂ ਜੀ ਇਹ ਤਾਂ ਇੱਦਾਂ ਦੇ ਨੇ ਜਿੱਦਾਂ ਕੁੱਕੜੀ ਤੋਂ ਅੰਡਾ ਵੀ ਪੁੱਛ ਕੇ ਚੱਕਦੇ ਹੋਣਗੇ ਵੀ ਲੈ ਜੀਏ।
ਮੈਨੂੰ ਤਾਂ ਲੱਗਦਾ ਇਹ ਅੰਡਾ ਵੀ ਕੁੱਕੜੀ ਤੋਂ ਪੁੱਛ ਕੇ ਚੱਕਦੇ ਹੋਣਗੇ ਵੀ ਭੈਣ ਜੀ ਜੇ ਤੁਹਾਨੂੰ ਲੋੜ ਨਹੀਂ ਤਾਂ ਅਸੀਂ ਲੈ ਜੀ ਤਾਂ ਇਹੋ ਜਿਹੇ ਜਦੋਂ ਇਹ ਸੀਨ ਚੱਲ ਰਿਹਾ ਸੀ ਆਪਾਂ ਬਹੁਤ ਹੱਸੇ ਇੰਪਰੋਵਾਈਜੇਸ਼ਨਸ ਕਰ ਕਰਕੇ ਕਦੀ ਕੁਛ ਕਦੀ ਕੁਛ ਕਦੀ ਕੁਛ ਸੋ ਇਟਸ 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 ਅ ਲਾਫ ਰਾਇਟ ਵਿਦ ਹਿਮ ਬੇਸਿਕਲੀ ਵਿਚ ਆਈ ਡੋਂਟ ਵਾਂਟ ਟੂ ਚੇਂਜ ਓਬਵੀਅਸਲੀ ਹੀ ਇਜ਼ ਅ ਵੈਰੀ ਗੁੱਡ ਹਿਊਮਨ ਬੀਇੰਗ ਅਤੇ ਤੁਹਾਡਾ ਇੱਕ ਡਰੀਮ ਕੈਰੈਕਟਰ ਕਿਹੜਾ ਜਿਹੜਾ ਤੁਸੀਂ ਚਾਹੁੰਦੇ ਹੋਵੋ ਕਿ ਹਾਂ ਮੈਂ ਇਸ ਮੂਵੀ 'ਚ ਇੱਕ ਡਰੀਮ ਕੈਰੈਕਟਰ ਆਪਣਾ ਪਲੇ ਕਰਨਾ ਵਾ ਨਹੀਂ ਐਸ ਸੱਚ ਪਰਟੀਕੁਲਰਲੀ ਤਾਂ ਕੁਛ ਵੀ ਨਹੀਂ ਆ ਮੈਨੂੰ ਹੁੰਦਾ ਕਿ ਹਰ ਮੂਵੀ 'ਚ ਜਿਹੜਾ ਕੈਰੈਕਟਰ ਮੈਂ ਕਰਾਂ ਬਸ ਉਹ ਵਧੀਆ ਕਰਾਂ ਅਤੇ ਹਾਂਜੀ ਡਰੀਮ ਕੈਰੈਕਟਰ ਮੈਨੂੰ ਹੁੰਦਾ ਕਿ ਹਰ ਮੂਵੀ 'ਚ ਕੁਛ ਡਿਫਰੈਂਟ ਹੋਵੇ ਕੁਛ ਵੈਰੀ ਡਿਫਰੈਂਟ ਹੈ ਨਾ ਤਾਂ ਉਹ ਹਰ ਮੂਵੀ ਡਰੀਮ ਕੈਰੈਕਟਰ ਟਾਈਪ ਲੈ ਕੇ ਹੀ ਚੱਲਦੀ ਹਾਂ ਮੈਂ ਅਤੇ ਅੱਗੇ ਆਈ ਵੁੱਡ ਲਵ ਟੂ ਡੂ ਸਮ ਬਾਇਓਪਿਕ ਕਿਸੇ ਦੀ ਕਹਾਣੀ ਸੋ ਡਰੀਮ ਕਹਿ ਸਕਦੇ ਉਹਨੂੰ ਜਾਂ ਇੱਦਾਂ ਕਹਿ ਸਕਦੇ ਹੋ ਕਿ ਆਉਣ ਵਾਲੇ ਟਾਈਮ 'ਚ ਮੈਂ ਆਈ ਵੁੱਡ ਲਵ ਟੂ ਡੂ ਅ ਬਾਇਓਪਿਕ ਸਿੰਮੀ ਚਾਹਲ ਨੂੰ ਆਪਾਂ ਅੱਜ ਤੱਕ ਇੱਕ ਫਨੀ ਅਤੇ ਸਵੀਟ ਅਤੇ ਉਸ ਕੈਰੈਕਟਰ 'ਚ ਦੇਖਿਆ ਕੋਈ ਐਗਰੈਸਿਵ ਕੈਰੈਕਟਰ ਜਾਂ ਕੋਈ ਮਤਲਬ ਬਹੁਤ ਲੜਾਈ ਵਾਲਾ ਯੂ ਨੋ ਮੋਟੀਵੇਸ਼ਨਲ ਕਾਇੰਡ ਕੈਰੈਕਟਰ ਕਰਨਾ ਹੋਵੇ ਨਹੀਂ ਲੜਾਈ ਵਾਲਾ ਕਿ ਮੋਟੀਵੇਸ਼ਨ ਨਹੀਂ ਕਾਇੰਡ ਆਫ ਮੋਟੀਵੇਸ਼ਨ ਲੜਾਈ ਵਾਲਾ ਲਾਈਕ ਝਾਂਸੀ ਕੀ ਰਾਣੀ ਐਂਡ ਆਲ ਇੱਦਾਂ ਦਾ ਕੋਈ ਆਈ ਵੁੱਡ ਲਵ ਟੂ ਡੂ ਦੈਟ ਮੇਰੇ ਕੋਲ ਯਾ ਸਕ੍ਰਿਪਟਸ ਆਉਂਦੀਆਂ ਰਹਿੰਦੀਆਂ ਨੇ ਜਿੱਦਾਂ ਜਦੋਂ ਆਜ਼ਾਦੀ ਵੇਲੇ ਦੀ ਜਿਹੜੀ ਆਪਣੀ ਲੇਡੀਜ਼ ਸੀ ਜਿਨ੍ਹਾਂ ਨੇ ਸਾਥ ਦਿੱਤਾ ਸੋ ਯਾ ਡੈਫੀਨੇਟਲੀ ਜੇ ਮੌਕਾ ਮਿਲਿਆ ਵਧੀਆ ਸਕ੍ਰਿਪਟ ਹੋਈ ਮੈਂ ਪੱਕਾ ਮਤਲਬ ਆਈ ਵੁੱਡ ਲਵ ਟੂ ਡੂ ਇਟ ਸੋ ਬਾਲੀਵੁੱਡ ਦਾ ਕੋਈ ਹੈਗਾ ਚਾਂਸ ਹਾਲੇ ਬਾਲੀਵੁੱਡ ਸਕ੍ਰਿਪਟਸ ਵੀ ਹਾਂਜੀ ਪਰ ਆਰਾਮ ਨਾਲ ਧਿਆਨ ਨਾਲ ਨਹੀਂ ਆਈ ਲਵ ਪੰਜਾਬੀ ਸਿਨੇਮਾ ਬਾਲੀਵੁੱਡ ਯੈਸ ਡੈਫੀਨੇਟਲੀ ਆਈ ਕੀਪ ਔਨ ਗੈਟਿੰਗ ਸਕ੍ਰਿਪਟਸ ਬਟ ਆਰਾਮ ਨਾਲ ਮਤਲਬ ਜਦੋਂ ਕੁਛ ਦਿਲ ਨੂੰ ਛੂਗਾ ਮੇਰੇ ਮੈਂ ਜ਼ਿਆਦਾ ਦਿਲ ਨਾਲ ਕੰਮ ਲੈਂਦੀ ਹਾਂ ਸੋ ਆਰਾਮ ਨਾਲ ਪਿਆਰ ਨਾਲ ਕਰਾਂਗੇ ਜਿੱਥੇ ਵੀ ਬੇਸਿਕਲੀ ਸਕ੍ਰਿਪਟ ਵਧੀਆ ਆਊਗੀ ਲੱਗੂਗਾ ਕੁਛ ਕਰਨ ਵਾਲਾ ਪੱਕਾ ਕਰਾਂਗੇ ਇੱਕ ਨਿਊ ਈਅਰ ਰੈਜੋਲਿਊਸ਼ਨ ਕੀ ਕਰਨ ਵਾਲੇ ਹੋ ਇਸ ਵਾਰ ਆਈ ਨੈਵਰ ਮੇਕ ਨਿਊ ਈਅਰ ਰੈਜੋਲਿਊਸ਼ਨ ਤੋਂ ਉਹ ਹੈ ਨਹੀਂ ਇੱਕ ਹੋਰ ਕਲੀਸ਼ੇ ਕਿ ਦੇ ਆਰ ਮੈਂਟ ਟੂ ਬੀ ਬ੍ਰੋਕਨ ਸੋ ਨਹੀਂ ਮੈਨੂੰ ਲੱਗਦਾ ਰੈਜੋਲਿਊਸ਼ਨਸ ਬਣਦੇ ਰਹਿਣੇ ਚਾਹੀਦੇ ਨੇ ਥਰੂ ਆਊਟ ਦੀ ਈਅਰ ਹੀ ਐਂਡ ਫੋਲੋ ਹੁੰਦੇ ਰਹਿਣੇ ਚਾਹੀਦੇ ਨੇ ਕੁਛ ਪਰਟੀਕੁਲਰ ਨਹੀਂ ਥੈਂਕ ਯੂ ਸੋ ਮਚ ਮੈਮ ਨਾਈਸ ਟੂ ਮੀਟ ਯੂ ਸੋ ਇਹ ਸੀ ਸਾਡੀ ਖਾਸ ਮੁਲਾਕਾਤ ਸਿੰਮੀ ਚਾਹਲ ਜੀ ਨਾਲ ਤੁਸੀਂ ਮੂਵੀ ਜ਼ਰੂਰ ਦੇਖੋ ਜੋ 14 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਭੱਜੋ ਵੀਰੋ ਬਈ ਥੈਂਕ ਯੂ ਸੋ ਮਚ ਭਤੀਜੇ ਕਿਵੇਂ ਹੁਣ ਆਓ ਵੇਖ ਕੁਲਫੀ ਖਾਣ ਦਾ ਤੂੰ ਇੱਧਰ ਹੋ ਇਹਨੂੰ ਮੂੰਹ ਕਰ ਲੈ ਓਏ ਆ ਜਾਓ ਵੇਖੋ ਕੌਣ ਆਇਆ ਆ ਜਾਓ ਆ ਗਏ ਮੰਨ ਲਓ ਇਹ ਰਿਸ਼ਤਾ ਹੋ ਜਾਂਦਾ ਤਾਂ ਤੁਹਾਡੇ ਦਾਦਾ ਜੀ ਉਹਨਾਂ ਨੂੰ ਕੋਈ ਮੁੰਦਰੀ ਛੱਲਾ ਨਾ 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 ਦਾਦਾ ਜੀ ਤਾਂ ਸਾਡੇ ਹੈਗੇ ਨਹੀਂ ਸੁੱਖ ਨਾਲ ਜੀ ਓ ਸੌਰੀ ਤੁਹਾਡੇ ਪਿਤਾ ਜੀ ਨੂੰ ਕੀ ਪਾਉਣਾ ਫਿਰ ਉਹ ਵੀ ਨਹੀਂ ਹੈਗੇ ਜੀ ਸੌਰੀ 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 ਮਾਮਾ ਜੀ ਹੈਗੇ ਨੇ ਕਿ ਉਹ ਵੀ ਸੌਰੀ 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 ਹੈ ਜੀ ਫਿਰ ਕਾਕਾ ਸਾਡੇ ਵੱਲੋਂ ਵੀ ਸੌਰੀ 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 ਹੈ